ਅਸਲਾਮ ਵਾਲੇਕਮ ਜੀ, ਫੌਜੀ ਵਲੋਗ 'ਚ ਤੁਹਾਡਾ ਵੈਲਕਮ। ਅਤੇ ਜਿਹਨੇ ਮੇਰੇ ਚੈਨਲ ਨੂੰ ਲਾਈਕ ਅਤੇ ਫੋਲੋ ਨਹੀਂ ਕੀਤਾ ਉਹ ਲਾਜ਼ਮੀ ਲਾਈਕ ਅਤੇ ਫੋਲੋ ਕਰੋ ਜੀ। ਹਾਂਜੀ, ਅਤੇ ਜੀ ਅੱਜ ਮੈਂ ਜਾ ਰਹੀ ਹਾਂ ਲਾਹੌਰ, ਮੈਂ ਮੇਰੇ ਬੱਚੇ ਅਤੇ ਮੋਨ ਦੀ ਮੰਮਾ, ਠੀਕ ਹੈ, ਮੇਰੀ ਭੈਣ ਨਾਲ ਮੇਰੇ ਜੀ। ਅੱਜ ਜੀ ਦੇਖੋ ਜੀ, ਆਲਮ ਸਾਹਿਬ, ਅੱਜ ਪਹਿਲੀ ਦਫ਼ਾ ਵਾ ਕਿ ਮੈਂ ਤੁਹਾਡੇ ਬਿਨਾਂ ਕਿਤੇ ਚੱਲੀ ਹਾਂ ਜੀ, ਪਰ ਮੈਨੂੰ ਇਹ ਪਤਾ ਪੱਕਾ ਯਕੀਨ ਆ ਕਿ ਤੁਸੀਂ ਮੇਰੇ ਨਾਲ ਹੋ ਜੀ, ਹੈਂ, ਅਤੇ ਹਮੇਸ਼ਾ ਤੁਸੀਂ ਮੇਰੇ ਨਾਲ ਰਹੋਗੇ ਜੀ। ਜ਼ਿੰਦਗੀ ਦਾ ਜੀ ਜਿੱਥੋਂ ਦੇ 9 ਸਾਲ ਹੋ ਗਏ ਸ਼ਾਦੀ ਨੂੰ, ਆ ਜ਼ਿੰਦਗੀ ਦਾ ਪਹਿਲਾ ਸਫ਼ਰ ਆ ਕਿ ਜਿਹੜਾ ਆਰਫ ਤੋਂ ਬਿਨਾਂ ਕਰਨਾ ਜੀ। ਅਤੇ ਹੁਣ ਦੇਖੇ ਇਹੀ ਕਹਿਤਾ ਵੀ ਆਰਫ ਨੇ ਤਾਂ ਕਦੀ ਵਰੀ ਜੀ ਨਾਲ ਹੋਣਾ ਸਫ਼ਰ 'ਚ ਵੀ ਕਦੀ ਨਹੀਂ, ਅਤੇ ਪਰ ਮੈਨੂੰ ਮਹਿਸੂਸ ਆ ਕਿ ਆਰਫ ਮੇਰੇ ਨਾਲ ਆ, ਜਿੱਥੇ ਮੈਂ ਜਾਵਾਂਗੀ ਮੇਰੇ ਨਾਲ ਹੋਣਗੇ ਜੀ, ਹਰ ਕਦਮ ਮੇਰਾ ਸਾਥ ਦੇਣਗੇ ਜੀ ਉਹ। ਅਤੇ ਦੇਖੋ ਜੀ, ਜਿਹੜੇ ਮਰ ਜਾਂਦੇ ਨੇ ਲੋਕ ਕਹਿੰਦੇ ਨੇ ਕਿ ਨਹੀਂ ਆਉਂਦੇ ਜਾਂ ਮਿਲਦੇ ਨੇ, ਉਹ ਜ਼ਰੂਰ ਸਾਨੂੰ ਮਿਲਦੇ ਆ ਜੀ। ਖਿਲਾਰਾ ਵੀ ਮੈਂ ਕਿਹਾ ਨਾਲ ਵੇਖੋ, ਚੁੱਕ ਲਾਂ ਕੱਪੜੇ ਕੁਪੜੇ ਪੈਕ ਕਰਦੇ ਆ, ਸਿਆਮਾ ਰਕਸ਼ਾ ਲੈਣ ਗਿਆ ਹੋਇਆ। ਅਸੀਂ ਉਹਨਾਂ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰੱਖਾਂਗੇ ਅਤੇ ਰਹਿਣਗੀਆਂ ਜੀ। ਹੈਲੋ ਮੰਮਾ, ਵੀ ਡਾਲ ਦਿਓ। ਹਾਂਜੀ, ਇਹ ਬੇਟਾ ਸ਼ੋਪਰ ਚੁੱਕਿਆ, ਤੈਨੂੰ ਫਿਰ ਆਉਣ ਕੇ ਪਰਫਿਊਮ ਰੱਖ ਦਿੱਤਾ। ਜੇ ਅੱਗੇ ਜਾਂਦੀ ਹੁੰਦੀ ਸੀ ਨਾ ਤੇ ਤੁਹਾਨੂੰ ਵੀ ਪਤਾ ਮੈਂ ਬੜੀ ਤਿਆਰ ਸ਼ਿਆਰ ਹਾਂ ਜੀ, ਪਰ ਹੁਣ ਪਤਾ ਕੀ ਗੱਲ ਆ ਜੀ, ਹੋਰ ਮਰਿਆ ਨਾ ਮਰਿਆ ਨਹੀਂ ਜਾਂਦਾ। ਇਹ ਲੋਕਾਂ ਦੀਆਂ ਗੱਲਾਂ ਆ ਵੀ ਆਹ ਇੱਦਾਂ ਨਾ ਕਰੋ, ਇੰਝ ਨਾ ਕਰੋ, ਯੇ ਨਾ ਕਰੋ, ਇਨਸਾਨ ਦੀ ਨੀਅਤ ਸਾਫ਼ ਨਾ ਅਤੇ ਕੁਝ ਵੀ ਨਹੀਂ ਜੀ। ਦੇਖੋ ਜੀ, ਮੈਨੂੰ ਹੋਰ ਦਾ ਨਹੀਂ ਪਤਾ, ਪਰ ਸਾਡੇ ਮਜ਼ਹਬ 'ਚ ਹੈ ਇਹ ਕਿ ਜਿਹਨੇ ਨੇ ਇੱਕ ਵਾਰੀ ਮਾਂ ਪਿਓ ਨੇ ਕਰ ਦਿੱਤਾ ਨਾ ਬਸ, ਨਾਲੇ ਇਨਸਾਨ ਦਾ ਆਪਣਾ ਵੀ ਦਿਲ। ਵੇਖੋ ਮੇਰੇ ਬੱਚੇ ਮਾਸ਼ਾਅੱਲਾ ਜਵਾਨ ਆ, ਹੈ, ਲੋਕ ਮੈਨੂੰ ਬੜੇ ਕਮੈਂਟ ਅੱਛੇ ਵੀ ਕਰਦੇ, ਬੁਰੇ ਵੀ ਕਰਦੇ, ਪਰ ਦੇਖੋ ਜੀ ਨਾ ਗਲਤ ਕਮੈਂਟ ਕਰਿਆ ਕਰੋ ਜੀ, ਕਿ ਵਾਮ ਹੀ ਆ ਅਸੀਂ ਜਿਹੜੇ ਲੋਕਾਂ ਨੂੰ ਖਰਾਬ ਕਰਦੇ ਅਤੇ ਅਸੀਂ ਲੋਕਾਂ ਨੂੰ ਸੁਧਾਰਦੇ ਹਾਂ ਜੀ। ਜੇ ਅਸੀਂ ਅੱਛਾ ਕਿਸੇ ਦੇ ਬਾਰੇ ਸੋਚਾਂਗੇ ਨਾ ਤਾਂ ਉਹ ਅੱਛਾ ਹੀ ਫਿਰ ਹੁੰਦਾ ਵਾ ਜੀ, ਨਾ ਬੁਰਾ ਸੋਚਿਆ ਕਰੋ ਕਿਸੇ ਦੇ ਬਾਰੇ। ਜ਼ਿੰਦਗੀ ਦਾ ਕੋਈ ਪਤਾ ਨਹੀਂ ਜੀ, ਛੋਟੀ ਜਿਹੀ ਤਾਂ ਜ਼ਿੰਦਗੀ ਆ, ਹੁਣ ਵੇਖੋ ਹਰ ਪਲ ਹੀ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਯਾਰ ਮੈਨੂੰ ਇੰਨੀ ਏਜ 'ਚ ਜਾਂ ਇੰਨੇ ਸਫ਼ਰ 'ਚ ਛੱਡ ਜਾਣਗੇ, ਕਦੀ ਵੀ ਨਹੀਂ ਸੀ ਸੋਚਿਆ। ਮੈਂ ਇਹ ਕਿਹਾ ਸੀ ਕਿ ਯਾਰ ਹਮੇਸ਼ਾ ਮੇਰੇ ਨਾਲ ਆ, ਹੈਂ, ਅਤੇ ਪਰ ਵਕਤ ਦਾ ਕੋਈ ਪਤਾ ਨਹੀਂ ਹੁੰਦਾ, ਹਰ ਕਿਸੇ ਦੇ ਬਾਰੇ ਅੱਛਾ ਸੋਚਿਆ ਕਰੋ, ਠੀਕ ਹੈ ਨਾ। ਜਦੋਂ ਅਸੀਂ ਅੱਛਾ ਸੋਚਾਂਗੇ ਨਾ ਤਾਂ ਅੱਲਾਹ ਤਾਲਾ ਵੀ ਸਾਡੇ ਨਾਲ ਫਿਰ ਅੱਛਾ ਹੀ ਹੁੰਦਾ ਜੀ। ਕਦੀ ਨੀਅਤ 'ਚ ਖੋੜ ਨਾ ਕਰੋ, ਕਿਸੇ ਚੀਜ਼ ਵੱਲ ਵੇਖ ਕੇ ਜੈਲਸ ਨਾ ਹੋਵੋ, ਜਾਂ ਕਿਸੇ ਨੂੰ ਕਹੋ ਵੀ ਇਹਦੇ ਕੋਲ ਆਓ ਅਤੇ ਮੇਰੇ ਕੋਲ ਨਹੀਂ ਗੱਲ ਕਰਿਓ। ਦੇਖੋ ਖੁਦਾ ਨੇ ਜੇ ਹਰ ਚੀਜ਼ ਸਾਨੂੰ ਰੱਖਦਾ ਨਾ, ਉਹਦਾ ਸ਼ੁਕਰ ਕਰਨਾ ਚਾਹੀਦਾ ਜੀ, ਹਰ ਹਾਲ 'ਚ ਉਹਦਾ ਸ਼ੁਕਰ ਅਦਾ ਕਰੋ। ਅੱਲਾਹ ਤਾਲਾ ਜੇ ਮੇਰੇ ਕੋਲ ਨਹੀਂ ਨਾ, ਜੇ ਕਿਸੇ ਕੋਲ ਤਾਂ ਮੈਨੂੰ ਵੀ ਦੇ, ਖੁਦਾ ਕੋ ਮੰਗੋ, ਕਿਸੇ ਇਨਸਾਨ ਕੋਲੋਂ ਜਾਂ ਕਿਸੇ 'ਤੇ ਆਸ ਨਾ ਰੱਖੋ, ਕਿਉਂਕਿ ਅੱਲਾਹ ਤਾਲਾ ਦੀ ਜ਼ਾਤ ਬਹੁਤ ਵੱਡੀ ਆ ਜੀ। ਹਮੇਸ਼ਾ ਕੁਛ ਵੀ ਮੰਗਣਾ ਨਾ ਸੋਹਣੇ ਰੱਬ ਕੋਲੋਂ ਮੰਗੋ, ਤਾਂ ਦਿੰਦਾ ਵਾ ਜੀ। ਇੱਜ਼ਤ ਵੇਖੋ ਜੀ, ਅੱਜ ਮੈਨੂੰ ਹੈ ਨਾ ਲੋਕ ਮੈਨੂੰ ਬੜੇ, ਮੈਂ ਸ਼ੁਕਰ ਉਸ ਸੋਹਣੇ ਰੱਬ ਦਾ ਕਰਦੀ ਹਾਂ ਕਿ ਲੋਕ ਮੈਨੂੰ ਬੜੀ ਇੱਜ਼ਤ ਦਿੰਦੇ ਆ, ਬੜੇ ਇਤਰਾਮ ਨਾਲ ਬੁਲਾਉਂਦੇ ਆ ਜੀ। ਬਾਜੀ ਤੋਂ ਸਿਵਾ ਮੇਰੇ ਨਾਲ ਗੱਲ ਨਹੀਂ ਕਰਦੇ, ਅਤੇ ਸਾਰਾ ਸਿਰਫ ਮੈਂ ਪੁੱਜ ਵੀ ਨਹੀਂ ਸੀ ਜੇ ਅੱਜ ਮੈਂ ਜੋ ਕੁਛ ਵੀ ਹੈ ਨਾ ਜੇ ਅੱਜ ਤੁਸੀਂ ਤੁਹਾਡੇ ਦਿਲਾਂ 'ਚ ਆ ਤਾਂ ਸਿਰਫ ਆਰਫ ਦੀ ਵਜ੍ਹਾ ਤੋਂ ਜੀ। ਆਰਫ ਨੇ ਮੇਰੇ 'ਤੇ ਬਹੁਤ ਮਿਹਨਤ ਕੀਤੀ ਹੈ ਜੀ ਇੱਜ਼ਤ ਮੈਨੂੰ ਦੇਣ ਵਾਸਤੇ। ਉਹਨਾਂ ਨੇ ਦਿਨ ਨਹੀਂ ਦੇਖਣਾ, ਰਾਤ ਨਹੀਂ ਦੇਖਣਾ, ਜਿੱਥੇ ਹੋਣਾ ਵੀਡੀਓ ਬਣਾਈਏ, ਜਿੱਥੇ ਜਾਣਾ। ਜੇ ਅੱਜ ਮੈਂ ਲਾਹੌਰ ਜਾਂਦੀ
ਤੇ ਆਰਫ ਨਾਲ ਹੁੰਦੇ ਤੇ ਬੜੀ ਖੁਸ਼ੀ ਹੋਣੀ ਸੀ, ਖੁਸ਼ੀ ਹੁਣ ਵੀ ਆ ਜੀ, ਕੋਈ ਗੱਲ ਨਹੀਂ ਜੀ। ਆਰਫ ਹਮੇਸ਼ਾ ਸਾਡੇ ਨਾਲ ਆ ਜੀ। ਅਤੇ ਸੈਮਨ ਨੂੰ ਹੁਣ ਅਸੀਂ ਘੱਲਿਆ ਹੋਇਆ, ਰਕਸ਼ਾ ਲਿਆ, ਸੈਮਨ ਆ ਜੇ, ਖਿਲਾਰਾ ਚੁੱਕਣਾ ਸੀ। ਹਾਂਜੀ ਜੀ, ਅਤੇ ਸੈਮਨ ਲੈ ਆਇਆ ਰਕਸ਼ਾ, ਅਤੇ ਅਸੀਂ ਹੁਣ ਚੱਲੇ। ਚਲੋ ਹੁਣ ਅਸੀਂ ਇੱਧਰ ਆਏ ਮੂਨ ਘਰ, ਅਤੇ ਬਾਜੀ ਨੂੰ ਨਾਲ ਲੈ ਕੇ, ਅਤੇ ਜੀ ਚੱਲੇ ਹਾਂ ਜੀ। ਹੁਣ ਗੱਡੀ ਵਾਲਾ ਆ ਗਿਆ ਬਾਹਰ, ਅਤੇ ਜਾ ਰਹੇ ਹਾਂ ਜੀ। ਚਲੋ ਅਸੀਂ ਕਿਹਾ ਸੀ ਚਲੋ ਵੈਗਨ 'ਚ ਜਾਵਾਂਗੇ, ਅਤੇ ਪਰ ਸਾਨੂੰ ਨਾ ਇੰਨਾ ਨਹੀਂ ਪਤਾ, ਅਤੇ ਫਿਰ ਮੂਨ ਕਹਿੰਦਾ ਨਹੀਂ ਖਾਲਾਂ ਵੀ ਵੈਗਨ 'ਚ ਨਾ ਜਾਵੋ, ਅਤੇ ਕਿੱਥੇ ਤੁਸੀਂ ਖਰਾਬ ਹੋ ਕਰਦੀ, ਕਿਉਂਕਿ ਇਕੱਲੇ ਗਏ ਵੀ ਨਹੀਂ ਨਾ ਇਸ ਵਜ੍ਹਾ ਤੋਂ ਜੀ। ਅਤੇ ਫਿਰ ਮੂਨ ਨੇ ਗੱਡੀ ਕਰਵਾ ਕੇ ਦਿੱਤੀ ਆ, ਅਤੇ ਕਹਿੰਦਾ ਖਾਲਾਂ ਵੀ ਤੁਸੀਂ ਇਹਨੇ 'ਤੇ ਨਾ ਜਦੋਂ ਤੁਹਾਨੂੰ ਤੋੜ ਦਰਵਾਜ਼ੇ ਦੇ ਅੱਗੇ ਉਤਾਰੇਗਾ ਨਾ, ਇਹ ਵੀ ਹੁੰਦੀ ਸਹੂਲਤ। ਸੈਮਨ ਆ ਚੁੱਪ ਪੁੱਤ, ਸੈਮਨ ਬੈਕ ਤੋਂ ਬੈਕ ਤੋਂ ਸੈਮਨ ਆ ਜੀ। ਮੇਰਾ ਮਿੱਠਾ ਜੀ ਕਿੰਨਾ ਪਿਆਰਾ ਲੱਗਦਾ, ਆ ਜਾ ਬਾਹਰ। ਹਾਂਜੀ, ਤੇ ਬਾਜੀ ਵੀ ਹੋ ਗਏ ਤਿਆਰ, ਤੇ ਅਸੀਂ ਜੀ ਜਾ ਰਹੇ ਹਾਂ ਜੀ। ਗੱਡੀ ਵਾਲਾ ਆ ਗਿਆ ਥੱਲੇ ਵੇਟ ਕਰ, ਇੰਨਾ ਸਹਾਰਾ ਮੇਰੀ ਭੈਣ ਹੈਗੀ ਆ ਨਾਲ ਮੇਰੇ, ਜਿੱਥੇ ਕਿਤੇ ਮੈਂ ਜਾਣਾ ਤੇ ਮੈਂ ਆਪਣੀ ਬਾਜੀ ਨੂੰ ਨਾਲ ਲੈ ਕੇ, ਕਿਉਂਕਿ ਸ਼ੁਰੂ ਤੋਂ ਹੀ ਮੇਰੀ ਬਾਜੀ ਦਾ ਤੇ ਮੇਰਾ ਰਿਹਾ ਜੀ। ਹੁਣ ਆਰਫ ਤੋਂ ਬਾਅਦ ਇਹੀ ਜੀ ਮੇਰੇ ਨਾਲ ਆ ਜੀ, ਜਿੱਥੇ ਜਾਣਾ ਹੈ ਮੇਰਾ ਆਰਫ ਹੀ ਇਹ ਆ। ਆ ਜਾਓ ਗਾੜੀ ਖਲੋਤੀ ਹੋਈ। ਹਾਂਜੀ ਜੀ, ਅਸੀਂ ਲਾਹੌਰ ਪਹੁੰਚ ਗਏ ਹਾਂ ਜੀ, ਅਤੇ ਬਾਅਦ 'ਚ ਜਦੋਂ ਆਪਣੇ ਨਾਨ ਘਰ ਪਹੁੰਚਾਂਗੇ ਜੀ, ਫਿਰ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਜੀ, ਵੀਡੀਓ ਵੀ ਬਣਾਵਾਂਗੇ ਜੀ। ਅਤੇ ਆਹ ਵੇਖੋ ਲਾਹੌਰ ਦਾ, ਆਹ ਸ਼ਾਰਫ ਸਾਹਿਬ ਵੀ ਸਾਡੇ ਨਾਲ ਹੁੰਦੇ ਜੀ। ਚਲੋ ਜੀ, ਕੋਈ ਗੱਲ ਨਹੀਂ ਜੀ, ਖੁਦਾ ਦੀ ਮਰਜ਼ੀ ਆ। ਹਾਂਜੀ ਜੀ, ਅਤੇ ਅਸੀਂ ਪਹੁੰਚ ਗਏ ਹਾਂ ਜੀ। ਬਹੁਤ ਲਾਹੌਰ ਦਾ ਲੰਬਾ ਵਾ ਜੀ, ਉੱਪਰ ਜਾਣਾ ਹੈ। ਹਾਂਜੀ ਜੀ, ਅਤੇ ਅਸੀਂ ਪਹੁੰਚ ਗਏ ਜੀ ਆਪਣੇ ਨਾਮ ਘਰ, ਮੌਸਮ ਕਿੰਨਾ ਪਿਆਰਾ ਹੋਇਆ ਹੋਇਆ ਜੀ, ਤੇ ਬਾਰਿਸ਼ ਬਹੁਤ ਜ਼ਿਆਦਾ ਪੈ ਰਹੀ ਹੈ ਇਧਰਲੇ ਸ਼ਹਿਰ 'ਚ ਨਾ, ਕਿੱਧਰਲੇ ਸ਼ਹਿਰ 'ਚ? ਗ੍ਰੀਨ ਟਾਊਨ। ਗ੍ਰੀਨ ਟਾਊਨ ਜੀ, ਗ੍ਰੀਨ ਟਾਊਨ ਦਾ ਇਲਾਕਾ, ਤੇ ਗ੍ਰੀਨ ਟਾਊਨ ਬਹੁਤ ਬਾਰਿਸ਼ ਪੈ ਰਹੀ ਹੈ ਜੀ। ਬਹੁਤ ਅੱਛਾ ਮੌਸਮ ਹੋਇਆ ਹੋਇਆ ਜੀ, ਜੇ ਆਰਫ ਹੁੰਦਾ
ਚਲੋ ਜੀ ਠੀਕ ਆ ਜੀ, ਹੁਣ ਸਾਡਾ ਇੱਕਦਮ ਬਲੌਕ ਇੰਨਾ ਹੀ। ਕੱਲ ਨੂੰ ਅਸੀਂ ਨਵਾਂ ਬਣਾਵਾਂਗੇ ਮਾਲ 'ਚ, ਜਦੋਂ ਜਾਵਾਂਗੇ ਨਾ ਤੇ ਨਵਾਂ ਬਲੌਕ ਬਣਾਵਾਂਗੇ। ਜਿੰਨੇ ਸਾਨੂੰ ਮਿਲਣਾ ਹੋਵੇ ਤੇ ਜੀ ਕਿਹੜੇ ਪੈਕੇਜਸ ਮਾਲ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਅਸੀਂ ਉੱਥੇ ਹੀ ਹੋਵਾਂਗੇ।